ਸ਼ਨੀਵਾਰ ਰਾਤ ਨੂੰ ਭਾਖੜਾ ਡੈਮ ਵੱਲੋਂ ਛੱਡੇ ਗਏ ਪਾਣੀ ਦੇ ਕਰਕੇ ਲੁਧਿਆਣਾ ਸਥਿਤ ਲਾਡੋਵਾਲ ਵਿਖੇ ਸਤਲੁਜ ਦਰਿਆ ਦੇ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਵੱਧ ਚੁੱਕਾ ਹੈ। ਤੁਸੀਂ ਦੇਖ ਸਕਦੇ ਹੋ ਪਾਣੀ ਲਗਭਗ ਖਤਰੇ ਦੇ ਨਿਸ਼ਾਨ ਦੇ ਕੋਲ ਪਹੁੰਚ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਲੈਵਲ ਹੋਰ ਜ਼ਿਆਦਾ ਵੱਧ ਸਕਦਾ ਹੈ, ਜਿਸ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਹੁਣ ਅਸੀਂ ਆਏ ਹਾਂ ਸਤਲੁਜ ਦਰਿਆ ਦੇ ਨਾਲ ਲੱਗਦੇ ਕਾਸਾਬਾਦ ਪਿੰਡ ਦੇ ਵਿੱਚ। ਆਓ ਜਾਣਦੇ ਹਾਂ ਲੋਕਾਂ ਤੋਂ, ਜਿਵੇਂ ਕਿ ਪਾਣੀ ਦਾ ਲੈਵਲ ਕਾਫੀ ਜ਼ਿਆਦਾ ਵੱਧ ਚੁੱਕਾ ਹੈ, ਉਹ ਇਸ ਸਿਚੁਏਸ਼ਨ ਨਾਲ ਕਿਵੇਂ ਨਿਪਟ ਰਹੇ ਨੇ? ਸਰ, ਜਿਵੇਂ ਅਸੀਂ ਦੇਖ ਸਕਦੇ ਹਾਂ ਕਿ ਪਾਣੀ ਕਾਫੀ ਉੱਪਰ ਤੱਕ ਆ ਗਿਆ ਹੈ, ਤੁਸੀਂ ਇਸ ਸਿਚੁਏਸ਼ਨ ਦੇ ਨਾਲ ਕਿਵੇਂ ਨਿਪਟ ਰਹੇ ਹੋ? ਅਸੀਂ ਦੇਖੋ ਜੀ, ਆ ਜਿਵੇਂ ਬੰਨ ਜਿੱਥੋਂ ਜਿੱਥੋਂ ਕਮਜ਼ੋਰ ਆ, ਅਸੀਂ ਉੱਥੇ ਆਪਣੇ ਬੋਰੀਆਂ ਜੋ ਭਰ ਕੇ ਮਿੱਟੀ ਲੱਗਦੀ ਹੈ, ਜਿੱਥੇ ਵੀ ਲੱਗਦੀ ਲੱਗਦੀ ਆ। ਪਰ ਇੱਕ ਗੱਲ ਸਾਨੂੰ ਥੋੜ੍ਹੀ ਪ੍ਰੋਬਲਮ ਇਹ ਹੁੰਦੀ ਆ, ਹੁਣ ਬਾਹਰੋਂ ਦੇਖਣ ਤਾਂ ਆ ਰਹੇ ਆ ਸਾਰੇ, ਪਰ ਇਹਦੇ ਵਿੱਚ ਸਾਨੂੰ ਡਿੱਕਾ ਬੜਾ ਹੁੰਦਾ ਵੀ ਕੋਈ ਕੰਮ ਸਾਡਾ ਜਿਹੜਾ ਵਿੱਚ ਰੁਕ ਜਾਂਦਾ ਵਾ। ਕੋਈ ਇਹਦੇ ਵਿੱਚ ਤੁਸੀਂ ਹੁਣ ਸਾਰੇ ਜਿਵੇਂ ਹੁੰਦੇ ਆ, ਸਾਰਾ ਤੁਸੀਂ ਜਾਮ ਲਾਇਆ ਪਿਆ ਉੱਤੇ, ਕੋਈ ਹੈਲਪ ਨਹੀਂ ਕਰ ਰਿਹਾ ਇਸ ਟਾਈਮ। ਪਿੰਡ ਵਾਲੀ ਲੱਗੇ ਆ, ਜਾਂ ਤਾਂ ਤੁਸੀਂ ਹੈਲਪ ਕਰ ਸਕਦੇ ਹੋ ਤਾਂ ਦਾ ਫਾਇਦਾ ਵਾ, ਨਹੀਂ ਫਿਰ ਕਿ ਡਿੱਕਾ ਨਾ ਬੜੋਗੇ ਤਾਂ ਰੋੜਾ ਨਾ ਬੜੋਗੇ। ਇੱਥੇ ਜਿਹੜਾ ਕੰਮ ਕਰਦਾ ਨਾਲ ਕੰਮ ਕਰਨ ਕਰਾਓ ਉਹਨਾਂ ਦੇ, ਜੇ ਕਰਾ ਸਕਦਾ ਕੋਈ। ਅਤੇ ਹੁਣ ਤੁਸੀਂ ਉਹ ਤੁਹਾਡੇ ਸਾਹਮਣੇ ਆ, ਉਹ ਟਰੈਕਟਰ ਲੈ ਕੇ ਸਾਰਾ ਕੁਛ ਜੋ ਵੀ ਬੋਰੀਆਂ ਲਿਆ ਕੇ ਉਹ ਬੰਨ ਦੂ, ਹੁਣ ਖਾਰ ਪੈ ਗਈ ਆ, ਇਹਦੇ ਕਰਕੇ ਢਾਲ ਲੱਗਦੀ ਆ, ਹੁਣ ਇਹਦੇ ਕਰਕੇ ਟੁੱਟਣਾ ਵੀ ਡਰ ਆ। ਹੈਲਪ ਕਰ ਸਕਦੇ ਹੋ ਨਹੀਂ ਹੈਲਪ ਕਰੋ, ਪਰ ਕੰਮ ਦਾ ਟਿੱਕਾ ਨਾ ਦਿਓ ਕਿਸੇ ਦਾ। ਗੱਲ ਇਹੀ, ਆਪਾਂ ਸਾਰਿਆਂ ਨੂੰ ਇਹੀ ਬੇਨਤੀ ਰਿਕੁਐਸਟ ਕਰਦੇ ਹਾਂ। ਬਾਕੀ ਆਇਆ ਪਿੰਡ ਵਾਲੇ ਸਾਡੇ ਸਾਰਿਆਂ ਨਾਲ ਰਲ ਕੇ ਸਾਰਿਆਂ ਨੇ ਕੰਮ ਕਰਾਇਆ। ਬਾਕੀ ਨਾਲ ਦੇ ਪਿੰਡ ਵੀ ਸੀਗੇ, ਕੋਤਵਿਆਲ ਪਿੰਡ ਆ, ਕੁਛ ਆਪਣੇ ਜਮਾਲਪੁਰ ਵਾਲੇ ਹੈਗੇ ਵੀਰ ਗਈ, ਉਹਨਾਂ ਨੇ ਵੀ ਬੜੀ ਹੈਲਪ ਕੀਤੀ ਆ। ਅਤੇ ਸਰ, ਤੁਸੀਂ ਇਕੱਲੇ ਘਰ ਹੋ ਪਿੰਡ ਵਾਲੇ ਮਿਲ ਕੇ, ਕਿ ਪ੍ਰਸ਼ਾਸਨ ਦੇ ਵਿੱਚ ਤੁਹਾਡੀ ਕੋਈ ਹੈਲਪ ਕਰ ਰਿਹਾ? ਪ੍ਰਸ਼ਾਸਨ ਦੀ ਕੋਈ ਹੈਲਪ ਨਹੀਂ ਜੀ, ਉਹ ਤਾਂ ਫੋਟੋਆਂ ਖਿੱਚ ਕੇ ਜਾਂਦੇ ਆ, ਵਾਪਸ ਚੱਲ ਜਾਂਦੇ ਆ ਬਸ। ਕੱਲ੍ਹ ਦੇ ਡੀਸੀ ਵੀ ਆ ਕੇ ਦੇਖ ਕੇ ਚੱਲ ਗਿਆ, ਉਹਨੂੰ ਇਹ ਨਹੀਂ ਪਤਾ ਵੀ 4 ਫੁੱਟ ਪਾਣੀ ਫੇਰ ਵੱਧ ਗਿਆ। ਹੁਣ ਵੀ ਆਇਆ SDM ਆਇਆ ਵਾ, ਉਹ ਵੀ ਦੇਖ ਕੇ ਚੱਲ ਗਿਆ, ਕੋਈ ਉਹ ਕਹਿੰਦਾ ਨਹੀਂ, ਉਹ ਕਹਿੰਦਾ ਉੱਪਰ ਦੀ ਪਾਣੀ ਤਾਂ ਨਹੀਂ ਨਿਕਲਿਆ ਹੈਗਾ। ਉਹਨਾਂ ਦੀ ਗੱਲ ਇਹ ਆ, ਗੱਲ ਇਹ ਆ ਵੀ ਪਾਣੀ ਹੁਣ ਉੱਪਰ ਦੀ ਨਿਕਲੂਗਾ ਉਦੋਂ ਹੀ ਦੇਖਣਗੇ ਉਹ। ਗੱਲ ਤਾਂ ਹੋਣ ਆ ਵੀ ਹੁਣ ਤੁਸੀਂ ਲੇਬਰ ਜਿਹੜੀ ਆਈ ਆ ਵਨ ਵਿਭਾਗ ਵਾਲੀ, ਅੱਜ ਆਈ ਆ, ਰਾਤ ਕੋਈ ਨਹੀਂ ਆਇਆ, ਰਾਤ ਸਾਰੇ ਪਿੰਡ ਵਾਲੇ ਘੱਲੇ ਸੀਗੇ। ਇਹ ਬ੍ਰੱਸ਼ ਬੋਰਡ ਪਾ ਕੇ ਪਾ ਰਹੇ ਹਾਂ ਜੀ, ਬ੍ਰੱਸ਼ ਬੋਰਡ ਨਾਲ ਪਾਉਣ ਨਾਲ ਇਹ ਜੇ ਢਾਇਆ ਸਵੇਰ ਤੋਂ ਕਟਰਾਲੋ ਹੋ ਚੁੱਕੀ ਜੀ, ਕਮ ਸੇ ਕਮ 25-30 ਫੁੱਟ ਗਾਹਾਂ ਤੋਂ ਇਹ ਸਾਰਾ ਖੜ ਗਿਆ ਜੀ, ਅਤੇ ਹੁਣ ਇਹਦੇ ਨਾਲ ਪਾਉਣ ਦੇ ਨਾਲ ਬਿਲਕੁਲ ਕੰਮ ਕਲੋਜ਼ ਹੋ ਗਿਆ ਜੀ। ਹੁਣ ਅਸੀਂ ਜਾਣਿਆ ਲੋਕਾਂ ਤੋਂ ਕਿ ਉਹ ਇਸ ਆਪਦਾ ਵਾਲੇ ਹਾਲਾਤ ਦੇ ਨਾਲ ਖੁਦ ਹੀ ਨਿਪਟ ਰਹੇ ਨੇ ਅਤੇ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ, ਅਤੇ ਉਹਨਾਂ ਦੇ ਲੋਕਾਂ ਨੂੰ ਅਪੀਲ ਵੀ ਹੈ ਕਿ ਜੇ ਉਹ ਇੱਥੇ ਦੇਖਣ ਆਏ ਨੇ ਤਾਂ ਉਹਨਾਂ ਦੀ ਹੈਲਪ ਕਰਨ ਅਤੇ ਕੰਮ ਨੂੰ ਜ਼ਿਆਦਾ ਵਧਾਉਣ ਨਾਲ। ਲੁਧਿਆਣਾ ਲਾਈਵ ਤੋਂ ਅਲਕਾ ਸ਼ਰਮਾ ਦੀ ਰਿਪੋਰਟ।